ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਮਾਹੌਲ ਤਣਾਪੂਰਨ ਰਿਹਾ ਕਿਤੇ ਝੜਪ ਤੇ ਕਿਤੇ ਪੋਲਿੰਗ ਬੂਥ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵਿੱਚ ਆਗਜ਼ ਨਹੀਂ ਹੋਈ ਅਤੇ ਹਿੰਸਕ ਝੜਪਾਂ ਹੋਈਆਂ ਫਿਰੋਜ਼ਪੁਰ ਦੇ ਕਸਬਾ ਮਮਦੋਦ ਦੇ ਪਿੰਡ ਲਖਮੀਰ ਵਿੱਚ VOTING ਦੇ ਦੌਰਾਨ ਹੋਈ ਹਿੰਸਕ ਝੜਪ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਮਰਨ ਵਾਲੇ ਦੀ ਉਮਰ 60 ਸਾਲ ਦੀ ਦੱਸੀ ਜਾ ਰਹੀ ਹੈ ਜਿਹੜਾ ਪੋਲਿੰਗ ਬੂਥ ਉੱਤੇ ਵੋਟ ਪਾਉਣ ਆਇਆ ਸੀ ਇਸ ਦੇ ਨਾਲ ਹੀ ਇਸ ਪਿੰਡ ਵਿੱਚ ਹੋਈ ਝੜਪ ਦੌਰਾਨ ਵੋਟ ਬਾਕਸ ਨੂੰ ਅੱਗ ਲਾ ਦਿੱਤੀ ਗਈ ਲੇਕਿਨ ਫਿਰ ਵੀ ਅਸੀਂ ਚਾਰ ਜਵਾਨ ਲਾਏ ਆਗੇ ਸੀ ਇਹ ਐਸੇ ਨਾਲ ਹੈਗਾ ਜਿੱਥੋਂ ਤੱਕ ਗੱਲ ਕਰੀਏ ਕ੍ਰਾਈਮ ਦੀ ਬੂਥ ਕੈਪਚਰਿੰਗ ਕੀਤੀ ਗਈ ਹੈ ਬੰਦੇ ਆਈਡੈਂਟੀਫਾਈਡ ਨੇ ਅਸੀਂ ਇਮੀਡੀਏਟਲੀ ਫੜ ਲੈਣੇ ਹੈਗੇ ਨੇ ਔਰ ਜਿਹੜੀ ਉਹ ਗੱਡੀ ਮਾਰ ਕੇ ਗਏ ਨੇ ਜਿਹਦੇ ਨਾਲ ਡੈਥ ਹੋਈ ਹੈ ਭਿੰਦਰ ਸਿੰਘ ਭਿੰਦਰ ਸਿੰਘ ਦੀ ਅਸੀਂ ਬੰਦੇ ਸਾਰੇ ਆਈਡੈਂਟੀਫਾਈਡ ਨੇ ਬੰਦੇ ਫੜ ਲੈਣੇ ਸਰ ਸੱਤਾਧਾਰੀ ਜਿਹੜੇ ਮਤਲਬ ਇਲਜ਼ਾਮ ਲੱਗਦੇ ਪਏ ਵਿਧਾਇਕ ਦੇ ਮਤਲਬ ਕਿ ਸਮਰਥਕ ਨੇ ਵੀ ਕੀ ਕਾਰਵਾਈ ਕੀਤੀ ਹਰੇਕ ਤੇ ਕਾਰਵਾਈ ਹੋ ਗਈ ਜੀ ਬੰਦੇ ਕਿਉਂਕਿ ਆਈਡੈਂਟੀਫਾਈਡ ਨੇ ਜਿਹੜੀ ਵੀ ਹਾਂਜੀ ਕੋਈ ਵੀ ਹੋਏਗਾ ਉਸ ਤੇ ਤੇ ਕਾਰਵਾਈ ਹੋਏਗੀ ਉਧਰ ਤਰਨਤਾਰਨ ਤੇ ਮਜੀਠਾ ਹਲਕਿਆਂ ਵਿੱਚ ਵੀ ਪੰਚਾਇਤੀ ਚੋਣਾਂ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ। ਬਟਾਲਾ ਵਿੱਚ ਵੀ ਕਾਂਗਰਸ ਦੇ ਹੀ ਦੋ ਧੜੇ ਪੇੜ ਗਏ ਅਤੇ ਦੋ ਜਨੇ ਜ਼ਖਮੀ ਹੋ ਗਏ ਤੇ ਕੁਝ ਦੀਆਂ ਪੱਗਾਂ ਵੀ ਲੱਥ ਗਈਆਂ। ਬਲਾਕ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਚੌੜੇ ਬੂਥ ਨੰਬਰ 24 'ਚ ਬੈਰਟ ਪੇਪਰਾਂ ਦੀ ਛਪਾਈ 'ਚ ਇੱਕ ਪੰਚਾਇਤ ਉਮੀਦਵਾਰ ਦੀ ਗਲਤੀ ਆਉਣ ਕਰਕੇ ਵੋਟਰਾਂ ਵੱਲੋਂ ਚੋਣਾਂ ਨੂੰ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਚੋਣ ਰੱਦ ਕਰਨੀ ਪਈ। ਅਜਨਾਲਾ ਨੇੜਲੇ ਪਿੰਡ ਮੁਕਾਮ ਵਿਖੇ ਚੱਲ ਰਹੀ ਪੰਚਾਇਤੀ ਚੋਣ ਦੌਰਾਨ ਸਵੇਰੇ ਚੋਣ ਲੜ ਰਹੀਆਂ ਦੋ ਧਿਰਾਂ ਆਪਸ ਵਿੱਚ ਝਗੜ ਪਈਆਂ ਜਿਸ ਦੌਰਾਨ ਹੋਏ ਤਕਾਮੁਕੀ ਨਾਲ ਜਿੱਥੇ ਕਰੀਬ 1 ਘੰਟਾ ਚੋਣ ਬੰਦ ਰਹੀ ਰਾਜਾ ਸੰਸੀ ਦੇ ਪਿੰਡ ਲਾਦੇਵ ਵਿਖੇ ਬੂਥ ਤੇ ਕਬਜ਼ਾ ਹੋਣ ਕਰਕੇ ਇਸ ਪਿੰਡ ਦੀ ਚੋਣ ਰੱਦ ਕਰ ਦਿੱਤੀ ਗਈ ਤੇ ਇੱਥੇ ਲਗਭਗ 15 ਅਣਪਛਾਤੇ ਵਿਅਕਤੀਆਂ ਤੇ ਮਕਦਮਾ ਦਰਜ ਕੀਤਾ ਗਿਆ ਅੰਮ੍ਰਿਤਸਰ ਦੇ ਸਰਹਦੀ ਪਿੰਡ ਚਾੜਪੁਰ ਵਿਖੇ ਪੰਚਾਇਤੀ ਚੋਣਾਂ ਨੂੰ ਲੈ ਕੇ ਦੋ ਧੜਿਆਂ ਦਰਮਿਆਨ ਝੜਪਾਂ ਹੋਈਆਂ ਹਨ ਨਕੂਦਰ ਚ ਪੈਂਦੇ ਪਿੰਡ ਮੰਡਿਆਲਾ ਵਿੱਚ ਚੋਣ ਮੁਲਤਵੀ ਕਰ ਦਿੱਤੀ ਗਈ ਪਿੰਡ ਦੇ ਵਾਰਡ ਨੰਬਰ 2 ਤੋਂ 5 ਅਹੁਦੇ ਤੋਂ ਚੋਣ ਲੜ ਰਹੇ ਉਮੀਦਵਾਰ ਤਰਸੀਮ ਲਾਲ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਿਸ ਕਾਰਨ ਚੋਣ ਮੁਲਤਵੀ ਕਰ ਦਿੱਤੀ ਗਈ